ਤੇ ਜਿਨ ਸਜਿਆ ਹਿੱਸਾ ਪੈਨ ਕਾਲ ਆਪਣੇ ਦਾਸ ਕੀ ਆਪ ਪੈਣ ਵਾਸੀ ਨਾਨਕ ਸਾਧਕ ਪ੍ਰਵਾਨ ਉਹ ਅਕਾਲ ਪਰਮੇਸ਼ਰ ਵਾਹਿ ਇਹਨਾਂ ਵਿੱਚੋਂ ਕੋਈ ਵੀ ਇੱਕ ਕੁਦਰਤ ਨਾ ਕਰੇ ਬਿਰਸ ਜਾਵੇ ਖਤਮ ਹੋ ਜਾਵੇ ਤੇ ਮਨ ਕਿਸੇ ਕੀਮਤ ਦੇ ਸੰਸਾਰ ਵਿੱਚੋਂ ਖਰੀਦਣਾ ਜਾਵੇ ਨਹੀਂ ਕਰ ਸਕਦਾ ਕੁਦਰਤ ਨਾ ਕਰੇ ਮਨੁੱਖ ਦਾ ਬਾਜੂ ਕੱਟਿਆ ਗਿਆ ਤੇ ਜਿਹੜੀ ਅਕਾਲ ਤੁਸੀਂ ਕੀਤੀ ਵੀ ਬਖਸ਼ਿਸ਼ ਹੈ ਮਨੁੱਖ ਦੇ ਉੱਤੇ ਤੇ ਇਹ ਚਾਹਵੇ ਵੀ ਮੈਨੂੰ ਇਹੋ ਜਿਹਾ ਬਾਜੂ ਦੁਬਾਰਾ ਮਿਲ ਜਾਵੇ ਪਤਾ ਚੱਲ ਨਹੀਂ ਮਿਲੇਗਾ ਪ੍ਰਾਤਕ ਸਰਜਰੀ 100 ਵਾਰੀ ਹੋ ਸਕਦੀ ਹੈ ਮਨੁੱਖ ਦਾ ਨਿਕਲ ਚਲਾ ਜਾਵੇ ਪੱਥਰ ਦਾ ਡੇਲਾ ਤੈਨੂੰ ਘੁਮਾ ਸਕਦਾ ਹੈ ਪਰ ਜਿਹੜੀ ਅਕਾਲ ਪ੍ਰਾਪਤ ਨਹੀਂ ਹੋ ਸਕਦੀ ਔਰ ਬਿਨਾ ਮੰਗਿਆ ਸਤਿਗੁਰਾਂ ਨੇ ਆਪਾਂ ਨੂੰ ਸਭ ਕੁਝ ਦਿੱਤਾ ਹੈ ਇਹਨਾਂ ਕੁਝ ਦੇਣ ਦੇ ਬਾਵਜੂਦ ਦਿਲ ਪਰਚਾਵੇ ਵਾਸਤੇ ਉੱਤੇ ਦਾਤ ਜਾਂ ਪੁੱਤਰ ਜ਼ਮੀਨ ਜਾਇਦਾਦ ਸਾਰੇ ਮਨੁੱਖੀ ਸਾਧਨ ਦਿੱਤੇ ਨੇ ਤੇ ਹੋਰ ਮਨੁੱਖ ਜੇ ਚੱਕਰ ਘੜ ਹੋ ਜਾਵੇ ਬੜਾ ਹੈ ਕੰਮ ਖਰਾਬ ਹੋ ਜਾਵੇ ਤੇ ਉਹ ਕਹਿਣ ਲੱਗੀ ਉਹ ਜਿਹੜੇ ਲੋਕ ਧਰਤੀ ਕਹਿਣ ਲੱਗੀ ਐਸੇ ਲੋਕ ਜਿਹੜੇ ਮੇਰੇ ਉੱਤੇ ਵੱਸਦੇ ਨੇ ਮੈਂ ਉਹਨਾਂ ਦਾ ਭਾਰ ਬਰਦਾਸ਼ਤ ਨਹੀਂ ਕਰ ਸਕਦੀ ਹੁਣ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਿਵੇਂ ਕਿ ਸ੍ਰਿਸ਼ਟੀ ਜਿਵੇਂ ਕਿ ਧਰਤੀ ਜਿਹੜਾ ਸ੍ਰਿਸ਼ਟੀ ਦੇ ਉੱਤੇ ਮਨੁੱਖਤਾ ਨੂੰ ਸੱਟ ਦਾ ਮਾਰ